ਸਾਡਾ ਨੁਕਸਾਨ ਉਦੋਂ ਹੋਇਆ ਜਦੋਂ ਸਾਡਾ ਵਿਵੇਕ ਵਾਲਾ ਤੇ ਦੀਵਾ ਹੀ ਮਲੀਨ ਹੋਇਆ ਪਿਆ। ਜ਼ਿੰਦਗੀ ਦੇ ਫੈਸਲੇ ਕਿੱਦਾਂ ਲੈਣੇ ਆ ਇਹਦੇ ਪਤਾ ਹੀ ਨਹੀਂ। ਡੈਮੋਕ੍ਰੇਸੀ ਦੇ ਫੈਸਲੇ ਵੱਖਰੇ ਸੀ, ਵੱਖਰੇ ਹੈ, ਡਿਕਟੇਟਰਸ਼ਿਪ ਦੇ ਫੈਸਲੇ ਵੱਖਰੇ ਸੀ। ਜਦੋਂ ਬਾਦਸ਼ਾਹੀ ਰਾਜ ਸੀ ਇੱਥੇ ਉਦੋਂ ਫੈਸਲੇ ਵੱਖਰੇ ਸੀ, ਜਦੋਂ ਵੋਟਾਂ ਵਾਲਾ ਕੰਮ ਚੱਲ ਪਿਆ ਹੁਣ ਫੈਸਲੇ ਵੱਖਰੇ ਆ। ਤੇ ਸਾਡੇ ਵਾਲੇ ਉਹੀ ਫੈਸਲੇ ਪੁਰਾਣੇ ਚੱਕ ਲਓ। ਮੈਂ ਪਰਸੋਂ ਚੌਥੇ ਗੱਲ ਕਰਦਾ ਸੀ, ਇੱਕ ਨਾ ਪੋਸਟਾਂ ਇੱਥੇ ਕਈ ਪਾਉਣ ਵਾਲੇ ਜਿਹੜੇ ਪਾਉਂਦੇ ਆ, ਕਿਸੇ ਨੇ ਪੋਸਟ ਪਾਈ ਇੱਕ ਪਾਸੇ ਸਰਸੇ ਵਾਲੀ ਦੀ ਫੋਟੋ ਪਾਤੀ। ਧਿਆਨ ਨਾਲ ਸੁਣਿਓ ਬਈ ਸਿੰਘੋ, ਕੈਮ ਜੇ ਹੋ ਕੇ ਸੁਣੋ, ਫੋਟੋ ਪਾਤੀ ਸਰਸੇ ਵਾਲੇ ਦੀ, ਦੂਜੇ ਪਾਸੇ ਪਾਤੀ ਗੁਰੂ ਗੋਬਿੰਦ ਸਿੰਘ ਜੀ, ਐ ਫੋਟੋ ਪਾਤੀ। ਤੇ ਫੋਟੋ ਪਾ ਕੇ ਉੱਤੇ ਲਿਖਿਆ ਪਤਾ ਕੀ ਹੈ, ਇਸ ਪਾਪੀ ਦੁਸ਼ਟ ਨੂੰ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਕਰਕੇ ਸਜ਼ਾ ਮਿਲੀ ਹੈ। ਤੇ ਜਿਹੜੇ ਇਸ ਗੱਲ ਨਾਲ ਸਹਿਮਤ ਨੇ ਥੱਲੇ ਕਮੈਂਟਾਂ ਵਿੱਚ ਵਾਹਿਗੁਰੂ ਲਿਖੋ। ਆ ਜਿਹੜਾ ਹੁਣ ਜਿਹੜੇ ਬੰਦੇ ਵਾਹਿਗੁਰੂ ਲਿਖਦੇ ਕਮੈਂਟ ਕਰਦੇ, ਜਿਹੜੇ ਹੁਣ ਬੰਦਾ ਕੀ ਸਮਝੇ ਵਾਹਿਗੁਰੂ ਤੋਂ, ਮੇਰੀ ਕੋਈ ਮੰਨ ਲਓ ਵੀ ਸਾਡਾ ਕੋਈ ਕਲਿੱਪ ਆ ਗਿਆ, ਕਲਿੱਪ 'ਚ ਬੰਦਾ ਲਿਖਦੇ ਵਾਹਿਗੁਰੂ, ਹੁਣ ਉਹਦੇ ਤੋਂ ਕੀ ਪਤਾ ਲੱਗੇ ਵੀ ਇਹਨੇ ਕੀ ਸਮਝਿਆ। ਹੁਣ ਜਾਂ ਤਾਂ ਬੰਦਾ ਐਵੇਂ ਕਹਿ ਸਕਦਾ ਵਾਹਿਗੁਰੂ ਚੱਕ ਲੈ ਇਹਨੂੰ, ਇਹ ਕੀ ਬੋਲਦਾ, ਐਵੇਂ ਹੋ ਸਕਦਾ, ਉਹਦਾ ਅਰਥ ਇਹ ਵੀ ਹੋ ਸਕਦਾ। ਅੱਛਾ ਜੇ ਜੇ ਹੁਣ ਐ ਲਿਖਿਆ ਵਾਹਿਗੁਰੂ 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 ਕੀ ਸੁਣਨਾ ਪੈ ਰਿਹਾ, ਇਹ ਵੀ ਹੋ ਸਕਦਾ। ਤੇ ਐਵੇਂ ਵਾਹਿਗੁਰੂ ਕਿੰਨੀ ਸੋਹਣੀ ਗੱਲ ਸੁਣੀ, ਇਹ ਵੀ ਹੋ ਸਕਦਾ। ਹੁਣ ਪਤਾ ਕੀ ਲੱਗੇ ਵੀ ਕੀ ਮਤਲਬ ਇਹਦਾ, ਕਮੈਂਟ 'ਚ ਲਿਖਦੇ ਨੀ ਗੱਲੇ ਵੀ ਵਾਹਿਗੁਰੂ ਗੱਲਾਂ ਲਿਖਦੇ, ਬਸ ਉਹ ਤੂੰ ਆਪਣੇ ਅੰਦਰ ਦੀ ਗੱਲ ਲਿਖ ਵੀ ਤੈਨੂੰ ਕਿਵੇਂ ਲੱਗੀ, ਠੀਕ ਹੈ ਕਿ ਗਲਤ ਹੈ। ਇਕੱਲਾ ਵਾਹਿਗੁਰੂ ਲਿਖਾਂਗੇ ਕੀ ਸਮਝ ਆਊ ਕੀ ਲਿਖਿਆ। ਅੱਛਾ ਉਹਨਾਂ ਨੇ ਥੱਲੇ ਲਿਖਤਾ, ਕਹਿੰਦੇ ਲਿਖੋ ਵੀ ਕਮੈਂਟ ਲਿਖੋ ਸਾਰੇ ਜਿਹਨਾਂ ਨੂੰ ਇਹ ਠੀਕ ਹੈ ਗੱਲ। ਤੇ ਮੈਂ ਸੋਚਦਾ ਸੀ, ਮੈਂ ਕਿਹਾ ਇਹ ਪਤਾ ਕੰਮ ਕੀ ਕਰਦੇ ਆ, ਜਿਵੇਂ ਸ਼ੇਰ ਕਿਸੇ ਨੇ ਮਾਰਿਆ, ਸ਼ੇਰ ਮਾਰਤਾ ਕਿਸੇ ਨੇ, ਤੇ ਸ਼ੇਰ ਕਿਸੇ ਨੇ ਮਾਰਿਆ, ਜੱਦੋਜਹਿਦ ਕਿਸੇ ਨੇ ਕੀਤੀ, ਤੇ ਇੱਕ ਐਵੇਂ ਉੱਤੇ ਰੱਖ ਕੇ ਨਾ ਪੈਰ ਫੋਟੋ ਖਿਚਾਈ ਜਾਂਦਾ ਵੀ ਕਹਿੰਦਾ ਮੈਂ ਮਾਰਿਆ ਸ਼ੇਰ। ਮੈਂ ਕਿਹਾ ਬੰਦੇ ਇਦਾਂ ਦੇ ਆ ਸਾਡੇ ਚ, ਸਿਰੇ ਦੇ ਨਿਕੰਮੇ, ਜੈਨੂਅਨ ਗੱਲ ਨਾ ਕਦੇ ਕਰਨੀ ਆਈ ਨਾ ਕਰਨੀ ਸਾਨੂੰ ਆਉਣੀ ਹੈ। ਧਿਆਨ ਨਾਲ ਗੱਲ ਸੁਣਿਓ ਪਿਆਰਿਓ, ਅਸੀਂ ਤੇ ਇੰਨਾ ਕੁ ਸਿੱਖੇ ਹਾਂ, ਵਿਵੇਕ ਵਿਵੇਕ ਦੀ ਗੱਲ ਕਰਦੇ ਹਾਂ, ਦਿਮਾਗ ਚ ਚਲਾਵੇ ਬੰਦਾ ਆਪਣਾ ਕਿਹੜੇ ਟਾਈਮ ਤੇ ਕਿਹੜਾ ਫੈਸਲਾ ਲੈਣਾ ਹੈ। ਸਾਡੇ ਗੁਰੂ ਗੋਬਿੰਦ ਸਿੰਘ ਦਾ ਕਹਿੰਦੇ ਉਹਨੇ ਸਵਾਂਗ ਬਣਾਇਆ, ਕੱਪੜੇ ਪਾ ਲਏ, ਫਿਰ ਆਪਾਂ ਕੀ ਕਰਿਆ, ਰੌਲਾ ਪਾਤਾ, ਤਲਵਾਰਾਂ ਕੱਢ ਲਈਆਂ, ਕੀ ਕਰਿਆ ਫਿਰ ਭਾਈ, ਫਿਰ ਕੇਸ ਕਰਤਾ ਉਹਦੇ ਤੇ, ਕੇਸ ਕਰਤਾ ਪੰਜਾਬ ਸਰਕਾਰ ਨੇ, ਕੇਸ ਪਿੱਛੇ ਜੇ ਵਾਪਸ ਲੈ ਲਿਆ ਨਾ, ਅਕਾਲੀਆਂ ਦੀ ਸਰਕਾਰ ਸੀ ਜਦੋਂ, ਕੇਸ ਜਿਹੜਾ ਸੀ ਵਾਪਸ ਲੈ ਲਿਆ। ਅੱਛਾ ਅੱਗੇ ਫਿਰ ਕੀ ਹੋਇਆ, ਕੇਸ ਲੈ ਲਿਆ ਵਾਪਸ, ਤੇ ਉਦੋਂ ਬਾਅਦ ਫਿਰ ਕੀ ਹੈ, ਲਾਲਾ ਲਾਲਾ ਕਰਤੀ ਗੁਰਦੁਆਰੇ ਉਹਨਾਂ ਦੇ ਜਿਹੜੇ ਡੇਰੇ ਆ ਢਾ ਦਿਓ, ਅਸੀਂ ਚੌਂਕ ਭੰਨਾਂਗੇ, ਅਸੀਂ ਡੇਰੇ ਢਾਵਾਂਗੇ, ਅਸੀਂ ਰਹਿਣ ਨਹੀਂ ਦੇਣਾ, ਪੰਜਾਬ 'ਚ ਵੰਡ ਨਹੀਂ ਦੇਣਾ। ਚਾਰ ਸਿੰਘ ਸ਼ਹੀਦ ਕਰਾਏ, ਸੈਂਕੜਿਆਂ ਤੇ ਪਰਚੇ ਪਵਾਏ, ਚਾਰ ਭੈਣਾਂ ਵਿਧਵਾ ਕਰਾਈਆਂ, ਕਿੰਨੇ ਬੱਚੇ ਅਨਾਥ ਕਰਾਏ, ਕਿੰਨਾ ਪੈਸਾ ਲਾਇਆ, ਕਿੰਨਾ ਖਰਚਾ ਕੀਤਾ, ਤੇ ਸਾਡੇ ਆਗੂਆਂ ਨੇ ਕੇਸ ਵੀ ਜਿਹੜਾ ਸੀ ਜਿਹੜਾ ਪਾਇਆ ਕੇਸ ਵੀ ਵਾਪਸ ਲੈ ਲਿਆ। ਸਾਨੂੰ ਇੰਨਾ ਕੁ ਪਤਾ ਵੀ ਲਾ 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 ਚੱਕ ਦਿਓ ਮਾਰ ਦਿਓ, ਕੱਖ ਨਹੀਂ ਹੋਇਆ। ਉਹ ਬੰਦਾ ਫਿਲਮਾਂ ਬਣਾ ਕੇ ਲੈ ਕੇ ਮੋਟਰਸਾਈਕਲ ਦਗ ਦਗ ਕਰਦਾ ਫਿਰਦਾ ਸੀ, ਕੀ ਵਿਗਾੜ ਲਿਆ ਸੀ ਅਸੀਂ ਉਹਦਾ, ਧਿਆਨ ਨਾਲ ਸੁਣਿਓ, ਕੀ ਵਿਗਾੜ ਲਿਆ ਸੀ ਅਸੀਂ ਉਹਦਾ। ਪਰ ਦੋ ਬੀਬੀਆਂ ਜਿਨ੍ਹਾਂ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਦਫ਼ਤਰ 'ਚ ਚਿੱਠੀ ਭੇਜੀ, ਸਾਰੇ ਮਹਿਕਮਿਆਂ 'ਚ ਚਿੱਠੀਆਂ ਭੇਜੀਆਂ, ਨਾਮ ਰੱਖਿਆ ਗੁਪਤ ਵੀ CID ਲਾਤੀ, CBI ਜਾਂਚ ਕਰਾਓ। ਜਾਂਚ ਹੁੰਦੀ ਰਹੀ ਹੁੰਦੀ ਰਹੀ ਹੁੰਦੀ ਰਹੀ ਹੁੰਦੀ ਰਹੀ, ਦੋ ਬੀਬੀਆਂ ਨੇ ਦਿਮਾਗ ਤੋਂ ਕੰਮ ਲੈ ਕੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ 20 ਸਾਲ ਬਾਬਾ ਅੰਦਰ ਪਹੁੰਚਾਤਾ, ਤੇ ਛਤਰਪਤੀ ਪੱਤਰਕਾਰ ਦਾ ਮੁੰਡਾ ਤੇ ਲੜਕੀ ਲੜਦੇ ਰਹੇ ਉਹਨਾਂ ਨੇ ਸਾਰੀ ਉਮਰ ਕੈਦ ਕਰਾਤੀ। ਲੈ ਉਹ ਚਾਰ ਜਣੇ ਹੀ ਤੁਹਾਡੇ ਦਿਮਾਗ 'ਚ ਵੜਦੀ ਹੈ ਗੱਲ ਬਈ, ਲਾਲਾ 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 ਲਾ ਕਰਨਾ ਸਿੱਖਣਾ, ਤੋੜ ਦਿਆਂਗੇ ਮਾਰ ਦਿਆਂਗੇ ਚੌਂਕ ਭੰਨ ਦਿਆਂਗੇ ਡੇਰੇ ਭੰਨ ਦਿਆਂਗੇ, ਲੈ ਸਿੱਖ ਲਓ। ਇੱਥੇ ਸਾਡੀ ਇੰਨੀ ਸਮਝ ਹੈ, ਅੱਜ 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 ਜਦੋਂ ਜਦੋਂ ਵਕੀਲ ਨੇ
सजा सुनाई है जज ने जो वकील पेश होया सुनो इधर प्यारे हो जो जज ने सजा सुनाई है तो छाती चौड़ी हुंदी सी कि नहीं भी आ बनी गल जज ने कमाल करती सातों नहीं हुई सातों नहीं हुई साड़ी प्राप्ति कितों हो गई